ਵਿਜੀਲੈਂਸ ਵਿਭਾਗ ਨੇ ਇੱਕ ਪਟਵਾਰੀ ਅਤੇ ਦਲਾਲ ਨੂੰ ਜ਼ਮੀਨ ਦੇ ਇੰਤਕਾਲ ਲਈ ਐਨਆਰਆਈ ਤੋਂ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਦਰਅਸਲ ਐਨਆਰਆਈ ਵੱਲੋਂ ਆਪਣੀ ਜ਼ਮੀਨ ਦੇ ਇੰਤਕਾਲ ਲਈ ਪਟਵਾਰੀ ਕੋਲ ਕਾਗਜ਼ ਦਾਖਲ ਕਰਵਾਏ ਗਏ ਸਨ ਅਤੇ ਇਸ ਕੰਮ ਦੇ ਬਦਲੇ ਪਟਵਾਰੀ ਨੇ ਦਲਾਲ ਦੇ ਜ਼ਰੀਏ ਐਨਆਰਆਈ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਪਹਿਲੀ ਕਿਸ਼ਤ 40,000 ਰੁਪਏ ਦਿੰਦੇ ਹੋਏ ਵਿਭਾਗ ਨੇ ਦੋਵਾਂ ਨੂੰ ਰੰਗੇ ਹੱਥੀ ਕਾਬੂ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਡੀਐਸਪੀ ਨੇ ਕਿਹਾ ਕਿ ਉਹਨਾਂ ਕੋਲ ਉਕਤ ਪਟਵਾਰੀ ਖਿਲਾਫ ਸ਼ਿਕਾਇਤ ਆਈ ਸੀ ਅਤੇ ਉਸ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪਟਵਾਰੀ ਅਤੇ ਦਲਾਲ ਨੂੰ ਗ੍ਰਿਫਤਾਰ ਕੀਤਾ ਹੈ। ਸਾਨੂੰ ਕੰਪਲੇਂਟ ਕੀਤੀ ਹੈ ਸੀ ਗੁਰਮੀਤ ਸਿੰਘ ਰੈਜ਼ੀਡੈਂਸ ਆਫ ਪਠਾਨਕੋਟ ਨੇ ਕਿ ਮੈਂ ਆਪਣੀ ਜਿਹੜਾ ਪਲਾਟ ਹੈ ਇਹਦਾ ਇੰਤਕਾਲ ਕਰਾਉਣਾ ਵਾ ਉਹਦੇ ਵਾਸਤੇ ਇਸ ਪਟਵਾਰੀ ਜਿਹੜਾ ਰਜਿੰਦਰ ਕੁਮਾਰ ਹੈ ਇੱਥੋਂ ਦਾ ਇਹਨੇ ਕਰੀਬ 2 ਲੱਖ ਰੁਪਈਏ ਦੀ ਜਿਹੜੀ ਡਿਮਾਂਡ ਕੀਤੀ ਸੀ ਜਿਹਦੀ ਅੱਜ ਪਹਿਲੀ ਕਿਸ਼ਤ ਜਿਹੜੀ ਆ ਇਹਨੇ 40,000 ਰੁਪਈਆ ਲੈਣੀ ਸੀ ਜਿਹੜੀ 40,000 ਕਿਸ਼ਤ ਦੇ ਨਾਲ ਹੀ ਇਹਨੂੰ ਜਿਹੜਾ ਵਾ ਟ੍ਰੈਪ ਲਾ ਕੇ ਕਾਬੂ ਕੀਤਾ ਗਿਆ। ਇਹਦੇ ਨਾਲ ਜਿਹੜਾ ਦਲਾਲ ਸੀ ਉਹਨੂੰ ਵੀ ਫੜਿਆ ਵਾ, ਠੀਕ ਹੈ। ਦਲਾਲ ਦਾ ਨਾਮ ਹੈਗਾ ਜੀ ਜਤਿੰਦਰ ਕੁਮਾਰ, ਠੀਕ ਆ, ਉਹਨੂੰ ਵੀ ਨਾਲ ਹੀ ਫੜਿਆ ਵਾ ਅਸੀਂ। ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨਵੈਸਟੀਗੇਸ਼ਨ ਤੋਂ ਬਾਅਦ ਜੋ ਕੁਛ ਹੋਏਗਾ। ਇਹ ਜਿਹੜਾ ਕੰਪਲੇਨੈਂਟ ਸੀ ਐਨਆਰਆਈ ਸੀ। ਪਲਾਟ ਇਹਦਾ ਐਨਆਰਆਈ ਦਾ ਕੋਈ ਹੈਗਾ ਸੀ ਪਲਾਟ ਜੀ, ਇੱਥੇ ਕੋਈ ਰੈਜੀਡੈਂਸ਼ੀਅਲ ਪਲਾਟ ਸੀ, ਠੀਕ ਆ, ਉਹਦੀ ਇਹਨੇ ਆਪਣੀ ਚੇਂਜ ਕਰਾਉਣੀ ਸੀ, ਇੰਤਕਾਲ ਚੇਂਜ ਕਰਾਉਣਾ ਸੀ। ਪਠਾਨਕੋਟ ਤੋਂ ਕੈਮਰਾਮੈਨ ਧਰਮਿੰਦਰ ਠਾਕੁਰ ਦੇ ਨਾਲ ਕਮਲ ਰੰਧਾਵਾ ਦੀ ਰਿਪੋਰਟ, 5 ਆਪ ਟੁਡੇ।